ਸਿੰਚਾਈ ਤੋਂ ਪਹਿਲਾਂ ਹਰੀ ਖਾਦ ਵਜੋਂ ਵਰਤੇ ਜਾਣ ਲਈ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਦੇ ਦਿੱਤੇ ਜਾਣ ਵਾਲੇ ਯੰਤਰ ਦਾ ਬੀਜ ਨਾ ਮਿਲਣ ਕਾਰਨ ਕਿਸਾਨਾਂ ਵੱਲੋਂ ਖੇਤੀਬਾੜੀ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਖੇਤੀਬਾੜੀ ਮਹਿਕਮਾ ਮਾਨਸਾ ਦੇ ਮੁੱਖ ਦਫ਼ਤਰ ਦੇ ਅੱਗੇ ਬੈਠੇ ਹਾਂ। ਅਸੀਂ ਇਸ ਮੰਗ ਨੂੰ ਲੈ ਕੇ ਬੈਠੇ ਹਾਂ ਕਿ ਇਸ ਮਹਿਕਮੇ ਨੇ ਹਜੇ ਤੱਕ ਹਰੀ ਖਾਦ ਵਾਸਤੇ ਬੀਜਣ ਵਾਲਾ ਯੰਤਰ ਕਿਸਾਨਾਂ ਨੂੰ ਦੇਣ ਲਈ ਉਹ ਮੰਗਵਾਇਆ ਨਹੀਂ ਜੋ ਹਰ ਸਾਲ ਸਬਸਿਡੀ 'ਤੇ ਕਿਸਾਨਾਂ ਨੂੰ ਮਿਲਦਾ ਹੈ। ਵੀ ਨਾ ਮਿਲਣ ਕਰਕੇ ਅਸੀਂ ਰੋਸ ਧਰਨਾ ਜਿਹੜਾ ਦਿੱਤਾ ਅੱਜ। ਬੜੇ ਦੁੱਖ ਦੀ ਗੱਲ ਹੈ ਕਿ ਜਿਹੜਾ ਖੇਤੀਬਾੜੀ ਮਹਿਕਮਾ ਜਦੋਂ ਸੈਮੀਨਾਰ ਕਰਦੇ ਆ ਉੱਚ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਕਿਸਾਨਾਂ ਨੂੰ ਮੱਤਾਂ ਦਿੰਦੇ ਆ ਕਿ ਤੁਸੀਂ ਜ਼ਮੀਨ ਦੀ ਵਿੱਚ ਜਿਹੜੀ ਉਹ ਫਸਲਾਂ ਦੀ ਰਹਿੰਦ ਖੂੰਹਦ ਆ ਉਹਨੂੰ ਵੀ ਵਿੱਚ ਵਾਹੋ, ਤੁਸੀਂ ਹਰੀਆਂ ਖਾਦਾਂ ਗਵਾਰਾ ਸਣ ਯੰਤਰ ਇਹ ਬੀਜੋ ਝੋਨਾ ਲਾਉਣ ਤੋਂ ਪਹਿਲਾਂ ਉਹਨੂੰ ਵਿੱਚ ਵਾਹ ਕੇ ਜਿਹਦੇ ਨਾਲ ਤਾਕਤ ਵੱਧਦੀ ਹੈ। ਪਰ ਕਹਿੰਦੇ ਕੁਛ ਹੋਰ ਨੇ, ਅਮਲ ਉੱਥੇ ਹੋ ਹੀ ਰਿਹਾ। ਇਸ ਸੀਜ਼ਨ ਦੇ ਵਿੱਚ ਜਦੋਂ ਅਸੀਂ ਚੀਫ਼ ਦੇ ਨਾਲ ਗੱਲ ਕੀਤੀ ਬੀਜ ਨਹੀਂ ਆਇਆ, ਕਹਿੰਦਾ ਮਹਿੰਗਾ ਬਹੁਤ ਹੈ ਇਸ ਕਰਕੇ ਮੰਗਾਇਆ ਨਹੀਂ। ਯਾਨੀ ਖੇਤੀਬਾੜੀ ਮਹਿਕਮਾ ਜਿਹਨਾਂ ਨੇ ਕਿਸਾਨਾਂ ਨੂੰ ਗਾਈਡ ਕਰਨਾ ਹੁੰਦਾ, ਕਿਸਾਨਾਂ ਦੇ ਲਈ ਵਧੀਆ ਬੀਜਾਂ ਦਾ ਪ੍ਰਬੰਧ ਕਰਨਾ ਹੁੰਦਾ, ਮਾੜੀਆਂ ਦਵਾਈਆਂ ਮਾੜੇ ਬੀਜ ਨਾ ਵਿਕਣ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨੀ ਹੁੰਦੀ ਹੈ, ਸਮੇਂ ਸਿਰ ਪਾਣੀ ਦਾ ਪ੍ਰਬੰਧ ਨਹਿਰੀ ਪਾਣੀ ਦਾ ਪ੍ਰਬੰਧ ਕਰਾਉਣਾ ਹੁੰਦਾ। ਇਹ ਸਾਰੀਆਂ ਜ਼ਿੰਮੇਵਾਰੀਆਂ ਤੋਂ ਖੇਤੀਬਾੜੀ ਮਹਿਕਮਾ ਮਾਨਸਾ ਭੱਜ ਰਿਹਾ ਹੈ। ਹਰ ਸਾਲ ਜਦੋਂ ਨਰਮੇ ਦੇ ਏਰੀਏ ਦੇ ਵਿੱਚ ਪਾਣੀ ਦੀ ਲੋੜ ਹੁੰਦੀ ਹੈ, 15 ਅਪ੍ਰੈਲ ਤੋਂ 15 ਮਈ ਤੱਕ ਨਰਮਾ ਬੀਜਣ ਨੂੰ ਮਹਿਕਮਾ ਕਹਿੰਦਾ। ਹਰ ਸਾਲ ਇਹ ਹੁੰਦਾ ਕਿ 15 ਅਪ੍ਰੈਲ ਤੋਂ ਪਹਿਲਾਂ 10 ਨੂੰ ਜਾਂ 11 ਅਪ੍ਰੈਲ ਨੂੰ ਪਾਣੀ ਬੰਦ ਕਰ ਦਿੰਦੇ ਹੈ, ਅੱਧ ਮਈ ਤੋਂ ਬਾਅਦ ਜਦੋਂ ਜਾ ਕੇ ਨਹਿਰਾਂ ਦੇ ਵਿੱਚ ਪਾਣੀ ਆਉਂਦਾ। ਇਸ ਲਈ ਜਿਹੜਾ ਖੇਤੀਬਾੜੀ ਮਹਿਕਮਾ ਜਿਹੜੇ ਚੀਫ ਸਾਹਿਬ ਨਵੇਂ ਆਏ ਆ, ਚਾਹੇ ਉਹ ਪਹਿਲਾਂ ਵਾਲੇ ਚਾਹੇ ਨਵੇਂ ਨੇ, ਇਹਨਾਂ ਦੀ ਕਾਰਗੁਜ਼ਾਰੀ ਹੈ ਕੋਈ ਬਹੁਤੀ ਵਧੀਆ ਨਹੀਂ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਖੇਤੀਬਾੜੀ ਮਹਿਕਮੇ ਨੂੰ ਆਪਦਾ ਸਹੀ ਢੰਗ ਨਾਲ ਜ਼ਿੰਮੇਵਾਰੀਆਂ ਦੇ ਤਹਿਤ ਕੰਮ ਕਰਨ ਦੀ ਨਸੀਹਤ ਦੇਵੇ। ਜੇ ਇਹਨਾਂ ਨੇ ਆਪਦੀਆਂ ਨੀਤੀਆਂ ਦੇ ਵਿੱਚ ਸੁਧਾਰ ਨਾ ਕੀਤਾ, ਅੱਜ ਭਾਵੇਂ ਅਸੀਂ ਸੰਕੇਤਕ ਧਰਨਾ ਦਿੱਤਾ, ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਖਿਲਾਫ਼ ਅੰਦੋਲਨ ਅਸੀਂ ਤਿੱਖਾ ਕਰਾਂਗੇ। ਸਾਡੇ ਮਾਨਸਾ ਜ਼ਿਲ੍ਹੇ ਵਿੱਚ ਯੰਤਰ ਦੀ ਡਿਮਾਂਡ ਬਾਰੇ 1-2 ਮਹੀਨੇ ਪਹਿਲਾਂ ਚਿੱਠੀਆਂ ਆਈਆਂ ਸੀ, ਪਰ ਅਸੀਂ ਜਦੋਂ ਉਹਨਾਂ ਤੋਂ ਰੇਟ ਬਾਰੇ ਕਨਫਰਮ ਕੀਤਾ, ਉਹ ਕਹਿੰਦੇ 70 ਰੁਪਈਏ ਰੇਟ ਹੋਊਗਾ ਅਤੇ 50 ਰੁਪਈਏ ਸੇਲ ਰੇਟ ਹੋਊਗਾ, ਮਤਲਬ ਕਿ 20 ਰੁਪਈਏ ਸਬਸਿਡੀ ਹੋਊਗੀ। ਅਸੀਂ ਇਹਨੂੰ ਇਹ ਵੀ ਕਿਹਾ ਵੀ ਸਾਨੂੰ ਇਹ ਰੇਟ ਕਾਫੀ ਜ਼ਿਆਦਾ ਅਤੇ ਇਹ ਟਾਈਮ ਸਿਰ ਪਹੁੰਚੂਗਾ ਤਾਂ ਅਸੀਂ ਵੇਚਣ ਨੂੰ ਤਿਆਰ ਹਾਂ, ਪਰ ਜਦੋਂ ਪਤਾ ਲੱਗਿਆ ਵੀ ਉਹ ਪਹੁੰਚ ਵੀ ਲੇਟ ਰਿਹਾ ਅਤੇ ਰੇਟ ਵੀ ਜ਼ਿਆਦਾ, ਅਤੇ ਅਸੀਂ ਫਿਰ ਇਸ ਵਾਸਤੇ ਮਨਾ ਕਰਤਾ ਕਿ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ, ਇਸ ਕਰਕੇ ਯੰਤਰ ਮੰਗਵਾਉਣ ਨੂੰ ਅਸੀਂ ਮਨਾ ਕਰਤਾ, ਕਿਉਂਕਿ ਬਾਜ਼ਾਰ ਵਿੱਚ ਆਲਰੇਡੀ 54-55 ਰੁਪਈਏ ਕਿਲੋ ਪਹਿਲਾਂ ਹੀ ਯੰਤਰ ਦਾ ਸੀਡ ਵਿਕ ਰਿਹਾ ਔਰ ਕੁਆਲਿਟੀ 'ਚ ਵੀ ਇੱਕੋ ਹੀ ਹੈ ਦੋਨੇ। ਸੋ ਇਸ ਕਰਕੇ ਸਾਨੂੰ, ਅਸੀਂ ਕਿਸਾਨ ਜੀ ਨੇ ਇੱਥੇ ਆਈ ਸੀ ਉਹਨਾਂ ਦੀ ਮੈਂ ਇਸ ਗੱਲ 'ਚ ਨਾਲ ਤਸੱਲੀ ਕਰਵਾਤੀ ਹੈ ਔਰ ਉਹ ਸਹਿਮਤ ਹੋ ਕੇ ਗਏ ਮੈਨੂੰ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ, ਚੈਨਲ 2।